ਕਹਿ ਲਓ ਕਿ 15-17 ਸਾਲਾਂ ਤੱਕ ਸ਼ੌਂਕ ਸ਼ੁਰੂ ਹੋ ਗਿਆ ਸੀਗਾ। ਮੇਰੇ ਕਜ਼ਨ ਵਗੈਰਾ ਇਕੱਠੇ ਕਰਦੇ ਸੀਗੇ ਅਤੇ ਮੈਨੂੰ ਉਹਨਾਂ ਵੱਲ ਦੇਖ ਦੇਖ ਕੇ ਸ਼ੌਂਕ ਪੈਦਾ ਸ਼ੁਰੂ ਹੋ ਗਿਆ ਅਤੇ ਫਿਰ ਮੈਂ ਵੀ ਹੌਲੀ ਹੌਲੀ ਕਰੰਸੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਕਿੰਨਾ ਜਿਹੜਾ ਹੈਗਾ ਵਾ ਸਭ ਤੋਂ ਪੁਰਾਣਾ ਜਿਹੜਾ ਨੋਟ ਕੋਈ? ਸਭ ਤੋਂ ਪੁਰਾਣਾ ਨੋਟ ਹੈਗਾ 1919 ਦਾ ਹੈਗਾ, 1 ਰੁਪਏ ਦਾ ਨੋਟ ਹੈ। ਇਹ ਕਹਿ ਲਓ ਕਿ ਅੰਗਰੇਜ਼ਾਂ ਦੇ ਟਾਈਮ ਦਾ ਨੋਟ ਹੈਗਾ, ਇਸ ਉਹੀ ਮੈਂ ਉਹ ਤੋਂ ਹੀ ਸਟਾਰਟਿੰਗ ਕੀਤੀ ਸੀਗੀ ਅਤੇ ਹੌਲੀ ਹੌਲੀ ਸਾਰੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਸਿੱਕੇ ਹੈਗੇ ਆ ਜਿੱਦਾਂ ਪਹਿਲਾਂ ਮੋਰੀ ਵਾਲੇ ਚੱਲਦੇ ਸੀਗੇ, 1 ਪੈਸਾ 2 ਪੈਸਾ 5 ਪੈਸਾ, ਉਹ ਸਾਰੇ ਹੈਗੇ ਆ। ਤੇ ਹੋਰ ਵੀ ਕੁਛ ਸੀਕੁਐਂਸ ਦੇ ਵਿੱਚ ਬਣੇ ਹੋਏ ਆ, ਕੁਛ ਮਾਤਾ ਰਾਣੀ ਦੀ ਫੋਟੋ ਬਣੀ ਹੋਈ ਹੈ, ਕੁਛ ਹੋਰ ਸਿੱਕੇ ਇਸ ਤਰ੍ਹਾਂ ਦੇ ਬਹੁਤ ਹੈਗੇ ਮੇਰੇ ਕੋਲ ਸਿੱਕੇ। ਠੀਕ ਹੈ, ਕਲੈਕਸ਼ਨ ਨੂੰ ਲੈ ਕੇ ਸ਼ੌਂਕ ਨੂੰ ਦੇਖਦੇ ਜਾਂ ਕੀ ਕਹਿਣਾ ਚਾਹੁੰਦੇ ਜਿਹੜਾ ਸ਼ੌਂਕ ਦੀ ਗੱਲ ਹੈ? ਸ਼ੌਂਕ ਇੱਦਾਂ ਨਾ, ਸ਼ੌਂਕ ਵੈਸੇ ਮੈਂ ਤਾਂ ਇਹ ਕਹਿੰਦਾ ਕਿ ਇੱਦਾਂ ਦੀ ਚੀਜ਼ ਆਉਣ ਵਾਲੀ ਜਨਰੇਸ਼ਨ ਦੇ ਕੋਲ ਨਹੀਂ ਹੈਗੀ ਅਤੇ ਇਹ ਚੀਜ਼ ਸੰਭਾਲਣੀ ਚਾਹੀਦੀ ਹੈ। ਕਈ ਇਹਨਾਂ ਨੂੰ ਕਹਿ ਲਓ ਕਿ ਵੇਚ ਦਿੰਦੇ ਹੈਗੇ ਆ, ਮੈਂ ਕਹਿੰਦਾ ਕਿ ਇਹ ਸੰਭਾਲ ਕੇ ਰੱਖਣ ਕਿ ਆਉਣ ਵਾਲੀ ਜਨਰੇਸ਼ਨ ਨੂੰ ਇਸ ਚੀਜ਼ ਦਾ ਪਤਾ ਲੱਗੇ ਕਿ ਇਹ ਅੱਜ ਤੋਂ ਕਿੰਨੇ ਸਾਲ ਪਹਿਲਾਂ ਇਹ ਚੀਜ਼ਾਂ ਚੱਲਦੀਆਂ ਸੀ। ਅਤੇ ਇੱਥੇ ਹੋਰ ਵੀ ਕੋਈ ਫਿਰ ਆਉਂਦੇ ਕਸਟਮਰ ਹੁੰਦਾ ਸਵਾਲ? ਕਸਟਮਰ ਆਉਂਦੇ ਹੈਗੇ, ਕਸਟਮਰ ਵੀਡੀਓ ਬਣਾ ਕੇ ਲੈ ਜਾਂਦੇ ਹੈਗੇ ਆ ਅਤੇ ਹੋਰ ਵੀ ਪੁੱਛਦੇ ਕਿ ਤੁਸੀਂ ਕਿੱਥੋਂ ਕਲੈਕਟ ਕੀਤੀਆਂ, ਸਾਨੂੰ ਵੀ ਦੱਸੋ, ਸਾਡੇ ਕੋਲੋਂ ਵੀ ਕੁਛ ਇੱਦਾਂ ਦੇ ਸਿਮਿਲਰ ਚੀਜ਼ਾਂ ਪਈਆਂ ਹੈਗੀਆਂ ਵਾ। ਅਤੇ ਉਹ ਕਹਿੰਦੇ ਜਦੋਂ ਨੈਕਸਟ ਟਾਈਮ ਅਸੀਂ ਆਵਾਂਗੇ ਅਸੀਂ ਤੁਹਾਨੂੰ ਹੋਰ ਇਸ ਤੋਂ ਇਲਾਵਾ ਕੁਛ ਚੀਜ਼ ਵੀ ਦੇ ਕੇ ਜਾਵਾਂਗੇ। ਠੀਕ ਹੈ, ਅਤੇ ਜਿਹੜੇ ਇਹ ਕਰੰਸੀ ਹੈਗੀ ਹੈ ਬਾਏ ਕੀਤੀ ਹੁੰਦੀ ਆ ਜਾਂ ਫਿਰ ਤੁਸੀਂ ਕਿਤੇ ਘੁੰਮਣ ਦੇ ਫਿਰਦੇ ਉੱਥੋਂ ਵੀ ਕਿੱਦਾਂ ਵਿਦੇਸ਼ੀ ਕਰੰਸੀ ਹੈਗੀਆਂ? ਕੁਛ ਮੈਂ ਬਾਏ ਕੀਤੀਆਂ ਹੈਗੀਆਂ ਵਾਂ, ਕੁਛ ਮੇਰੇ ਕਸਟਮਰ ਮੈਨੂੰ ਐਜ਼ ਏ ਗਿਫਟ ਦੇ ਜਾਂਦੇ ਹੈਗੇ ਆ ਅਤੇ ਕੁਛ ਮੈਂ ਕਲੈਕਟ ਕਰਦਾ ਵੀ ਰਹਿੰਦਾ ਹੈਗਾ। ਯੂਥ ਨੂੰ ਜਿੱਦਾਂ ਹੁਣ ਤੁਸੀਂ ਕਿਹਾ ਕਿ ਸਾਂਭਣੀਆਂ ਚਾਹੀਦੀਆਂ ਚੀਜ਼ਾਂ, ਕੋਈ ਕਹਿਣਾ ਚਾਹੂੰਗਾ? ਮੈਂ ਤਾਂ ਇਹ ਕਹੂੰਗਾ ਕਿ ਜਿਹੜੀਆਂ ਵੀ ਚੀਜ਼ਾਂ ਕਿਸੇ ਕੋਲੋਂ ਹੈਗੀਆਂ ਵਾ, ਕੋਈ ਇੰਸ਼ੀਅੰਟ ਪੁਰਾਣੀਆਂ ਚੀਜ਼ਾਂ ਹੈਗੀਆਂ ਵਾ, ਕਈਆਂ ਕੋਲੋਂ ਇਸ ਤੋਂ ਵੀ ਪੁਰਾਣੀਆਂ ਚੀਜ਼ਾਂ ਹੈਗੀਆਂ, ਉਹਨਾਂ ਨੂੰ ਸੰਭਾਲ ਕੇ ਰੱਖਣਾ ਚਾਹੀਦੀਆਂ ਕਿ ਆਉਣ ਵਾਲੀ ਜਨਰੇਸ਼ਨ ਨੂੰ ਫੋਟੋਜ਼ ਵਗੈਰਾ ਵੀਡੀਓਜ਼ ਬਣਾ ਕੇ ਕੁਛ ਅਪਲੋਡ ਕਰੋ ਕਿ ਲੋਕਾਂ ਨੂੰ ਇਹ ਚੀਜ਼ ਦਾ ਪਤਾ ਲੱਗੇ।